ਆਮਰ ਬਾਣੀ ਤਾਰੀਫਾਂ ਨਾ ਕਰੋ, ਮੈਂ ਤਾਂ ਤਾਰੀਫਾਂ ਦੀ ਗੱਲ ਨਾ ਪਿਆ ਕਰਨਾ। ਐਂਡ ਵੀ ਆਰ ਰੈਡੀ ਕੰਪਨੀ ਤੁਸੀਂ ਹੋਲ ਸੇਲ ਵਿੱਚ ਕਿਤਨਾ ਨਹੀਂ ਦੇਣੀ, ਪਿਛਲੀ ਗੱਲ ਕੋਈ ਕੋਈ ਕਿਸੇ ਵੀ ਨਹੀਂ ਪਤਾ ਲੱਗਣਾ। ਗੱਲਾਂ ਕਰਸਾਂ ਖਰੀਆ ਸਾਹਿਬ, ਸੱਚੀਆਂ ਅਤੇ ਸੁੱਚੀਆਂ। ਅਸਲਾਮ ਅਲੈਕੁਮ ਵੀਰੋ ਭਰਾਓ, ਕੀ ਹਾਲ ਹੈ, ਠੀਕ ਹੋ, ਘਰ ਬਾਰ ਸਭ ਖੈਰ ਖਰੀਏ? ਅਤੇ ਮਾਸ਼ਾ ਅੱਲਾ ਜੀ, ਗਰਮੀਆਂ ਦਾ ਮੌਸਮ ਵੀ ਸਟਾਰਟ ਹੋ ਚੁੱਕਾ ਅਤੇ ਗਰਮੀ ਵੀ ਆ ਗਈ, ਆਪਣੇ ਜ਼ੋਰੋ ਸ਼ੋਰ ਹੋ। ਅੱਲਾ ਤਾਲਾ ਦੁਆ ਕਰਨੇ ਆ ਕਿ ਅੱਲਾ ਤਾਲਾ ਸਾਰਿਆਂ ਨੂੰ ਜਿਹੜੀਆਂ ਗਰਮੀਆਂ ਆਉਣੀਆਂ ਪਈਆਂ ਖੁਸ਼ਹਾਲ ਤਰੀਕੇ ਨਾਲ ਗੁਜ਼ਾਰਨ ਅਤੇ ਠੰਡੀਆਂ ਠੰਡੀਆਂ ਕਰਕੇ ਗੁਜ਼ਾਰਨ, ਪੱਖੇ ਥੱਲੇ ਟੇਕੇ ਰਹੋ ਅਤੇ ਚੰਗੀ ਗੱਲ ਹੈ, ਬਿਜਲੀ ਸ਼ਿਜਲੀ ਨਾ ਜੁਲੇ, ਠੀਕ ਹੈ। ਅਸੀਂ ਝਾਨੇ ਪੈਣੇ ਆ, ਲੇਕਿਨ ਬਿਜਲੀ ਚਲੀ ਜੁਲੇ ਤਾਂ ਅਸੀਂ ਕਰ ਵੀ ਕੀ ਸਕਦੇ ਹਾਂ, ਫਿਰ ਯੂ ਪੀ ਐਸ 'ਤੇ ਸ਼ਿਫਟ ਹੋ ਸਾਂ, ਫਿਰ ਨਾਲ ਜਨਰੇਟਰਾਂ 'ਤੇ ਸ਼ਿਫਟ ਹੋ ਸਾਂ, ਮੁਖਤਲਿਫ ਕਿਸਮ ਦੇ ਟੋਪੀ ਡਰਾਮੇ ਕਰਨੇ ਪੈ ਸਨ। ਅਤੇ ਮਾਸ਼ਾ ਅੱਲਾ ਜੀ, ਇਸ ਟਾਈਮ ਮੈਂ ਮੌਜੂਦ ਹਾਂ ਟੈਕਸਲਾ ਆਪਣੇ ਸ਼ਹਿਰ ਦੇ ਵਿੱਚੋਂ, ਅਤੇ ਇਹਨਾਂ ਕੋਲ ਕੋਈ ਕੇਬਲਾਂ ਸ਼ੇਬਲਾਂ ਬਹੁਤ ਸਾਰੀਆਂ ਪਈਆਂ ਪਈਆਂ ਆਈਆਂ, ਅਤੇ ਮੈਂ ਆਖਿਆ ਕੇਬਲਾਂ ਦੇ ਮੁਤਲਕ ਜ਼ਰਾ ਤੁਸੀਂ ਦੱਸ ਟਾਈਮ, ਮੋਬਾਈਲਾਂ ਨੇ ਹੈਂਡ ਫਰੀ ਲਾ ਸੋ, ਕੀ ਕੁਝ ਕਰ ਸੋ, ਕੀ ਕੁਝ ਬੜਾ ਸੋ, ਅਤੇ ਪੂਰੀ ਵੀਡੀਓ ਵੇਖਿਓ ਅਤੇ ਰਾਏ ਵੀ ਦੇਣੀ ਹੈ ਅਤੇ ਇਸ ਵੀਡੀਓ ਸ਼ੇਅਰ ਵੀ ਕਰਨਾ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ ਵੀਰ ਜੀ, ਕੀ ਹਾਲ ਹੈ ਜੀ? ਅਲਹਮਦੁਲਿਲਾ ਠੀਕ ਠਾਕ। ਨਾਂ ਕਿਵੇਂ? ਜ਼ੁਬੈਰ ਮਾਮੂ। ਮਾਸ਼ਾ ਅੱਲਾ ਜ਼ੁਬੈਰ ਸਾਹਿਬ, ਮਾ ਤੁਸੀਂ ਦੱਸੋ ਕਿ ਆਇਆ ਕਿ ਤੁਸੀਂ ਇਸ ਦੁਕਾਨਾਂ 'ਚ ਕੰਮ ਕਰਨੇ ਹੋ, ਸਪਲਾਇਰ ਹੋ, ਕੀ ਹੋ? ਸਰ ਮੈਂ ਇਨਸੇ ਸਮਾਨ ਲੈ ਕੇ ਜਾਤਾ ਹੂੰ, ਅਲਹਮਦੁਲਿਲਾ ਟੈਕਸਟਾਈਲ ਮੇਂ ਸਭਸੇ। ਆਪਣੇ ਟੈਕਸਟਾਈਲ ਜ਼ਬਾਨਾਂ 'ਚ ਜ਼ੁਬੈਰ ਭਾਈ ਗੱਲ ਕਰ ਰਹੇ ਨੇ, ਕਿਉਂ ਐਵੇਂ ਔਖੇ ਚੋਖੇ ਹੋ ਕੇ ਅਤੇ ਉਰਦੂ 'ਚ ਗੱਲ ਕਰਨੇ ਪੈਣੇ? ਟੈਕਸਟਾਈਲ ਜ਼ਬਾਨਾਂ 'ਚ ਗੱਲ ਕਰਾਂ, ਜਦ ਆਇਆ ਹੀ ਅਸਾਂ ਟੈਕਸਟਾਈਲ ਇਲਾਕਾ ਸੀ ਉਸ ਜ਼ਬਾਨਾਂ 'ਚ ਗੱਲ ਕਰ ਸੱਚਾ ਸਾ ਸੀ, ਮਜ਼ਾ ਸੀ। ਹੁਣ ਮੈਂ ਤੁਸੀਂ ਦੱਸੋ ਕਿ ਤੁਸੀਂ ਇਹਨਾਂ ਦੇ ਕਸਟਮਰ ਹੋ? ਜੀ ਇਹਨਾਂ ਅਸੀਂ ਕਸਟਮਰ ਹਾਂ ਜੀ, ਅਲਹਮਦੁਲਿਲਾ ਕਾਫੀ ਅਰਸੇ ਸੇ ਇਨਸੇ ਸਮਾਨ ਲੈ ਰਹਾ ਹੂੰ, ਔਰ ਮਾਸ਼ਾਅੱਲਾ ਇਹ ਅਮਰ ਭਾਈ ਬਹੁਤ ਤਾਵਨ ਕਰਤੇ ਹੈ। ਅਮਰ ਭਾਈ ਤਾਰੀਫਾਂ ਨਾ ਕਰੋ, ਮੈਂ ਤਾਂ ਤਾਰੀਫਾਂ ਦੀ ਗੱਲ ਨਾ ਪਿਆ ਕਰਨਾ, ਮੈਂ ਇਹ ਪਿਆ ਦੱਸਣਾ ਕਿ ਇਹਨਾਂ ਨੇ ਆਲਰੇਡੀ ਕਿਹੜੀਆਂ ਕਿਹੜੀਆਂ ਚੀਜ਼ਾਂ ਇੱਥੇ ਮਿਲੀਆਂ ਪੈਣੀਆਂ, ਕੀ ਸੂਰਤ ਹਾਲ ਹੈ? ਯਹਾਂ ਪਰ ਮਾਸ਼ਾਅੱਲਾ ਸਾਰੀ ਚੀਜ਼ਾਂ ਮਿਲ ਜਾਤੇ ਹੈ, ਅਲਹਮਦੁਲਿਲਾ ਚਾਰਜਰ ਹੈ, ਉਸਕੇ ਇਲਾਵਾ ਹੈਂਡ ਫਰੀ ਹੈ, ਔਰ ਕਾਫੀ ਸਾਰੀ ਚੀਜ਼ਾਂ ਹੈ ਇਨਕੇ ਪਾਸ। ਮਾਸ਼ਾਅੱਲਾ ਜੀ, ਅਮਰ ਭਾਈ ਨੇ ਕਸਟਮਰ ਦੁਕਾਨਾਂ 'ਚ ਆਏ ਪੈਣ ਅਤੇ ਬੜੀਆਂ ਸੋਹਣੀਆਂ ਸੋਹਣੀਆਂ ਗੱਲਾਂ ਪਿਆ ਕਰਨ, ਅਤੇ ਜ਼ਰਾ ਅਮਰ ਭਾਈ ਨਾਲ ਵੀ ਤੁਸੀਂ ਮਿਲਵਾਉਣੇ। ਅਮਰ ਭਾਈ, ਕੀ ਹਾਲ ਹੈ? ਅਲਹਮਦੁਲਿਲਾ ਸ਼ੁਕਰ ਅੱਲਾ ਦਾ, ਮੇਰਾ ਨਾਂ ਫਾਦ ਹੈ, ਅਮਰ ਮੇਰੇ ਚਾਚੂ ਨੇ, ਉਹ ਇਸ ਟਾਈਮ ਦੁਕਾਨ 'ਤੇ ਮੌਜੂਦ ਨਹੀਂ ਅਤੇ ਮੈਂ ਉਹਨਾਂ ਨੂੰ ਭਤੀਜਾ ਵਾਂ। ਮਾਸ਼ਾਅੱਲਾ ਜੀ, ਅਮਰ ਭਾਈ ਕੋਈ ਵੀ ਨਹੀਂ ਅਤੇ ਫਾਦ ਭਾਈ ਨਾਲ ਗੱਪਸ਼ਪ ਲਾਉਂਦੇ ਹਾਂ। ਅੱਛਾ ਫਾਦ ਭਾਈ, ਤੁਸੀਂ ਇੱਥੇ ਕੀ ਮਾਸ਼ਾਅੱਲਾ ਇਹ ਮੈਨੂਫੈਕਚਰਿੰਗ ਤਾਰ ਵਗੈਰਾ ਤੁਸੀਂ ਖੁਦ ਪੇ ਕਰਨੇ ਹੋ ਜਾਂ ਆਲਰੇਡੀ ਬਣੀਆਂ ਬਣਾਈਆਂ? ਕਮਰਾਨ ਭਾਈ, ਅਸੀਂ ਆਪ ਨਾ ਮੈਨੂਫੈਕਚਰ ਕਰਨਾ, ਮੈਨੂਫੈਕਚਰ ਸਾਰਾ ਮਾਲ ਚਾਈਨਾ 'ਚ ਹੋਣਾ, ਇੱਥੇ ਤਾਂ ਨਹੀਂ ਹੋਣਾ। ਅਸਾਂ ਮੁਖਤਲਿਫ ਕੰਪਨੀਆਂ ਨਾਲ ਕੰਮ ਕਰਦੇ ਹਾਂ, ਮਤਲਬ ਅਸਾਂ ਕੋਲ ਜਿਸ ਤਰ੍ਹਾਂ ਏਅਰ ਰਾਕਸ ਹੈ, ਏਅਰ ਰਾਕਸ ਦੀ ਡੀਲਰਸ਼ਿਪ ਹੈ, ਅਸਾਂ ਕੋਲ ਡੀਲਰਸ਼ਿਪਸ ਹੁੰਦੀਆਂ ਨਾ ਬੇਸਿਕਲੀ, ਮਤਲਬ ਕੰਪਨੀ ਅਸਾਂ ਇਸ ਏਰੀਆ 'ਤੇ ਚਾਹ ਦੇਣੀ ਹੈ ਮਾਲ, ਕਿ ਬਈ ਤੁਸੀਂ ਆਪਣੇ ਏਰੀਆ 'ਚ ਵੇਚ ਸਕਦੇ ਹੋ। ਅੱਛਾ, ਤੁਸੀਂ ਯਾਨੀ ਕਿ ਹੋਲ ਸੇਲ ਡੀਲਰ ਹੋ? ਹੋਲ ਸੇਲ ਕਰਨੇ ਹਾਂ, ਅਸਾਂ ਕੋਲ ਹੋਲ ਸੇਲ ਹੈ, ਅਸਾਂ ਕੋਲ ਅਗਰ ਸੇਲਸਮੈਨ ਹੋਣ, ਮੁਖਤਲਿਫ ਏਰੀਆ 'ਚ ਹਰੀਪੁਰ ਹੈ, ਇੱਧਰ ਹਸਨ ਅਬਦਾਲ ਹੈ, ਮਤਲਬ ਅਪਰੋਕਸੀਮੇਟ ਜਿਤਨਾ ਏਰੀਆ ਨਾ ਇਹ ਵਾਲਾ ਪੂਰਾ ਏਰੀਆ ਆ ਵੇਂਦਾ, ਅਟਕ ਤੱਕ ਆ ਵੇਂਦਾ ਸਾਰਾ ਕੰਮ, ਇਹ ਅਸਾਂ ਦੇ ਸੇਲਸਮੈਨ ਵਗੈਰਾ ਸਾਰੇ ਕੰਮ ਕਰਨੇ, ਦੁਕਾਨਦਾਰਾਂ ਮਾਲ ਸਪਲਾਈ ਕਰਨੇ। ਵੈਰੀ ਗੁੱਡ। ਅੱਛਾ ਫਾਦ ਭਾਈ, ਆਪਣੀ ਜਗ੍ਹਾ ਨਹੀਂ ਗੱਲ ਸੁਣਨਾ ਤਾਂ ਖੈਰ ਕੋਈ ਵੀ ਨਹੀਂ ਪੈਣਾ, ਆਪਸ ਵਿੱਚ ਜ਼ਰਾ ਵਿਚਲੀ ਗੱਲ ਜ਼ਰਾ ਦੱਸ ਦਿਓ, ਇਹ ਜਿਹੜਾ ਹੈਂਡ ਫਰੀ ਵੇ, ਹੈਂਡ ਫਰੀ ਆਰ ਰੈਡੀ ਕੰਪਨੀ ਤੁਸੀਂ ਹੋਲ ਸੇਲ ਵਿੱਚ ਕਿਤਨਾ ਨਹੀਂ ਦੇਣੀ, ਪਿਛਲੀ ਗੱਲ ਕੋਈ ਕੋਈ ਕਿਸੇ ਵੀ ਨਹੀਂ ਪਤਾ ਲੱਗਣਾ? ਕਾਰੋਬਾਰੀ ਰਾਜ਼ ਹੋਣ, ਠੀਕ ਹੈ, ਇਹ ਤਾਂ ਮੈਂ ਨਾ ਦੱਸ ਸਕਣਾ, ਜਿਹੜੀ ਸਾਫ਼ ਗੱਲ ਹੈ ਅਤੇ, ਲੇਕਿਨ ਇਹ ਜ਼ਰੂਰ ਰੱਖਸਾਂ ਕਿ ਬਈ ਅਸਾਂ ਕੋਲ ਜਿਹੜੀ ਸਮਾਨ ਹੈ, ਇਨਸ਼ਾਅੱਲਾ ਤੁਸੀਂ ਹੋਲ ਸੇਲ ਰੇਟ 'ਤੇ ਆਮ ਪਰਚੂਨ ਗਾਗਾਂ ਵੀ ਮਾਰਕੀਟ ਕੋਲੋਂ ਕਾਫੀ ਮੁਨਾਸਬ ਰੇਟਾਂ 'ਤੇ ਮਿਲਣੇ, ਔਰ ਲੋਕ ਗੁਆ ਨੇ ਇਸ ਚੀਜ਼ ਨੇ, ਅਸਾਂ ਕੋਲ ਇਨਸ਼ਾਅੱਲਾ ਮਾਰਕੀਟ ਨਹੀਂ ਨਿਸਬਤ ਹਰ ਵਰਾਇਟੀ ਇੱਕ ਤਾਂ ਅਲਹਮਦੁਲਿਲਾ ਕਾਫੀ ਸਾਰੀ ਮੌਜੂਦ ਹੈ, ਅਤੇ ਉਸ ਤੋਂ ਇਲਾਵਾ ਕਸਟਮਰ ਔਰ ਰੇਟ 'ਤੇ ਅਸੀਂ ਮੁਤਮੈਨ ਕਰਕੇ ਦਿੰਦੇ ਹਾਂ, ਅਲਹਮਦੁਲਿਲਾ ਬੜਾ ਅੱਛਾ ਸੇ। ਵੇਖੋ ਜੀ, ਹਰ ਕੰਮ ਨਹੀਂ, ਹਰ ਬਿਜ਼ਨਸ ਠੀਕ, ਆਪਣੀ ਪ੍ਰਾਈਵੇਸੀ ਹੋ ਰਹੀ ਹੈ, ਅਤੇ ਮੈਂ ਤੁਸਾਂ ਦੀ ਖਾਤਰ ਥੋੜ੍ਹਾ ਜਿਹਾ ਫਰੋਲਣ ਦੀ ਗੱਲ ਕੀਤੀ, ਅਤੇ ਫਾਤ ਭਾਈ ਆਪਣੀ ਜਗ੍ਹਾ ਠੀਕ ਹੋਣ, ਅਤੇ ਮੈਂ ਆਪਣੀ ਜਗ੍ਹਾ ਠੀਕ ਹਾਂ, ਕਮੈਂਟ ਵਿੱਚ ਤੁਸੀਂ ਲਾਜ਼ਮੀ ਦੱਸਣਾ, ਅਤੇ ਮੇਰਾ ਤਾਂ ਕੰਮ ਐਵੇਂ ਕਿਹਾ ਹੈ ਕਿ ਸਾਰੀਆਂ ਚੀਜ਼ਾਂ ਵਾਜ਼ਿਆ ਤੌਰ 'ਚ ਦੱਸਾਂ, ਲੇਕਿਨ ਮੈਂ ਜ਼ਰੂਰਤ ਤੋਂ ਜ਼ਿਆਦਾ ਵੀ ਜ਼ੋਰ ਨਾ ਮਾਰ ਸਕਦਾ ਕਿ ਹਰ ਬਿਜ਼ਨਸ ਨੇ ਇੱਕ ਆਪਣਾ ਮਾਮਲਾਤ ਹੋਣੇ ਨੇ, ਪ੍ਰਾਈਵੇਸੀ ਹੋਣੀ ਹੈ, ਅਤੇ ਅਗਰ ਤੁਸੀਂ ਇਸ ਦੁਕਾਨਾਂ ਵਾ ਵਿਜ਼ਿਟ ਕਰਨਾ ਚਾਹੁੰਦੇ ਹੋ, ਔਰ ਕੋਈ ਵੀ ਤੁਸੀਂ ਹੈਂਡ ਫਰੀ ਚਾਹੀਦਾ, ਕੇਬਲ ਚਾਹੀਦਾ, ਠੀਕ ਹੈ, ਅਤੇ ਕਮਿਟ ਵਿੱਚ ਆ ਕੇ ਤੁਸੀਂ ਕਮਿਟ ਕਰਨਾ ਹੈ, ਅਤੇ ਫਾਤ ਭਾਈ ਆਸਨ ਅਤੇ ਉਸ ਕਮਿਟ ਵਿੱਚ ਆ ਕੇ ਤੁਸੀਂ ਰਿਪਲਾਈ ਦੇ ਸਨ, ਅਤੇ ਆਪਣੀ ਦੁਕਾਨਾਂ ਦਾ ਐਡਰੈਸ ਵੀ ਤੁਸੀਂ ਦੱਸਣ, ਅਤੇ ਆਪਣਾ ਵਟਸਐਪ ਨੰਬਰ ਵੀ ਦੇ ਸਨ, ਅਤੇ ਇਸੇ ਤਰ੍ਹਾਂ ਦੀ ਇਨਫੋਰਮੇਟਿਵ ਔਰ ਦਿਲਚਸਪ ਕਿਸਮ ਦੀਆਂ ਵੀਡੀਓ ਆਉਣੀ ਰਹੇ, ਤੁਸੀਂ ਅਸਾਂ ਦੇ ਪੇਜ ਲਾਈਕ ਕਰੋ, ਫਾਲੋ ਕਰੋ, ਕਮਿਟ ਵਿੱਚ ਆਪਣੀ ਰਾਏ ਤੁਸੀਂ ਜ਼ਰੂਰ ਦੇਣੀ। ਮਿਲਦੇ ਹਾਂ ਨੈਕਸਟ ਵੀਡੀਓ 'ਚ, ਫੀ ਅਮਾਨੁੱਲਾ, ਪਾਕਿਸਤਾਨ ਜ਼ਿੰਦਾਬਾਦ।